ਲਿਆਂ ਚ ਤੇ ਰਹਿਣ ਵਾਲੇ ਉੱਥੋਂ ਹੀ ਅਜੇ ਵੀ ਉੱਥੇ ਰਹਿੰਦੇ ਪਏ ਹੋ ਨਾ ਉੱਥੋਂ ਹੀ ਉੱਠ ਕੇ ਆਇਓ ਸੋ ਹਾਂ ਮਤਲਬ ਜ਼ਿੰਦਗੀ ਜੀਣ ਦਾ ਅਸਲੀ ਮਜ਼ਾ ਹੀ ਮਹੱਲਿਆਂ 'ਚ ਆ ਮੈਂ ਕਿਸੇ ਨੂੰ ਮਤਲਬ ਉਹ ਨਹੀਂ ਕਰ ਰਿਹਾ ਕਿ ਅਗਰ ਤੁਸੀਂ ਮਹੱਲੇ 'ਚ ਨਹੀਂ ਰਹਿ ਰਹੇ ਤਾਂ ਤੁਸੀਂ ਗਲਤ ਨਹੀਂ ਹੋ ਬਟ ਜੋ ਆਪਾਂ ਦੇਖਿਆ ਬਾਈ ਤੁਹਾਨੂੰ ਤੁਸੀਂ ਤੁਹਾਨੂੰ ਆਪਣਾ ਬਚਪਨ ਯਾਦ ਹੋਏਗਾ ਕਈ ਵਾਰੀ ਯਾਦ ਨਾ ਤੁਹਾਨੂੰ ਕਿ ਅਸੀਂ ਸਕੂਲ ਤੋਂ ਘਰੇ ਆਉਂਦੇ ਸੀ ਅਤੇ ਮੰਮੀ ਕਹਿੰਦੀ ਸੀ ਕਿ ਮੈਂ ਘਰੇ ਨਹੀਂ ਹੋਣਾ ਅਤੇ ਚਾਬੀ ਮੈਂ ਨਾਲ ਦਿਆਂ ਦੇ ਘਰ ਫੜਾ ਜੂੰਗੀ ਹਾਂਜੀ ਅਤੇ ਸਟਿਲ ਆਈ ਰਿਮੈਂਬਰ ਕਿ ਜਦੋਂ ਆਪਾਂ ਉਹਨਾਂ ਦੇ ਘਰੋਂ ਚਾਬੀ ਲੈਣ ਜਾਂਦੇ ਸੀ ਅਤੇ ਉਹ ਕਹਿੰਦੇ ਸੀ ਕਿ ਰੋਟੀ ਇੱਥੇ ਖਾ ਜਾ ਹੈ ਨਾ ਤੂੰ ਆਪਣੇ ਘਰੇ ਜਾਏ ਤੇਰੇ ਘਰ ਦੇ ਹੈ ਨਹੀਂ ਫਿਰ ਸਾਨੂੰ ਪਤਾ ਹੀ ਨਹੀਂ ਸੀ ਕਿ ਕਦੋਂ ਹੀ ਬੈਗ ਉੱਥੇ ਰੱਖ ਕੇ ਰੋਟੀ ਖਾ ਕੇ ਉਹਨਾਂ ਦੇ ਘਰੇ ਸੋ ਵੀ ਜਾਈਦਾ ਸੀ ਬਟ ਅੱਜ ਦੀ ਜਨਰੇਸ਼ਨ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇੱਦਾਂ ਨਹੀਂ ਹੈ ਕੁਛ ਸੋ ਮੁਹੱਲਿਆਂ ਦਾ ਜੋ ਮਜ਼ਾ ਮੁਹੱਲਿਆਂ ਦੀਆਂ ਲੜਾਈਆਂ ਦਾ ਜੋ ਮਜ਼ਾ ਜੋ ਤੁਸੀਂ ਇੰਜੋਏ ਕਰਦੇ ਹੋ ਨਾ ਆਂਟੀਆਂ ਦੀਆਂ ਲੜਾਈਆਂ ਹੋਇਆ ਕਿਆ ਮਜ਼ਾ ਜੀ ਜਿੱਦਾਂ ਹੁਣ ਆਹ ਵਾਲਾ ਸੀਜ਼ਨ ਆ ਥੋੜ੍ਹਾ ਥੋੜ੍ਹੀ ਥੋੜ੍ਹੀ ਠੰਡ ਆ ਬੰਦਾ ਸਵੇਰੇ ਸੂਰਜ ਲੱਭਦਾ ਅਤੇ ਮੇਰੇ ਹਿਸਾਬ ਨਾਲ ਜਿੰਨੀਆਂ ਮੰਜੀਆਂ ਘਰ ਦੇ ਅੰਦਰ ਆ ਉਨੀਆਂ ਹੀ ਗਲੀ 'ਚ ਲੈਂਦੇ ਬਾਹਰ ਹੈ ਨਾ ਅਤੇ ਆਹ ਚੀਜ਼ਾਂ ਜਿਹੜੀਆਂ ਨੇ ਇਹ ਮੁਹੱਲਿਆਂ ਦੇ ਵਿੱਚ ਹੀ ਹੈ ਅਤੇ ਕਿਸੇ ਨੂੰ ਕੋਈ ਪ੍ਰੋਬਲਮ ਹੋਣੀ ਇੱਕ ਆਵਾਜ਼ ਤਾਂ ਸਾਰੇ ਇਕੱਠੇ ਹੋ ਜਾਣੇ ਅਤੇ ਜੇਕਰ ਆਪਾਂ ਅਪਾਰਟਮੈਂਟਸ ਦੀ ਗੱਲ ਕਰੀਏ ਵੱਡੇ ਏਰੀਆਸ ਦੀ ਗੱਲ ਕਰੀਏ ਅਤੇ ਸਾਲ 'ਚ ਦੋ ਵਾਰੀ ਲੋਕ ਕੰਜਕਾਂ ਲੱਭਣ ਤੁਰੇ ਹੁੰਦੇ ਆ ਹੈ ਨਾ ਫਿਰ ਦੱਸਣਾ ਪੈਂਦਾ ਕਿਹਦੇ ਘਰ ਜਾਣਾ ਫਿਰ ਸਮਝਾਉਣਾ ਪੈਂਦਾ ਅੱਛਾ ਉਹਨਾਂ ਦੇ ਘਰ ਫਿਰ ਬੰਦਾ ਸੋਚਦਾ ਕਿ ਮੈਂ ਆਪਣੀ ਬੇਟੀ ਨੂੰ ਭੇਜਾਂ ਕਿ ਨਾ ਭੇਜਾਂ ਜਦਕਿ ਮੁਹੱਲਿਆਂ 'ਚ ਇੱਦਾਂ ਨਹੀਂ ਆ ਮੁਹੱਲਿਆਂ 'ਚ ਬਸ ਸਿਰਫ ਇੱਕੋ ਆਵਾਜ਼ ਦੇਣੀ ਪੈਂਦੀ ਕਿ ਇਸ ਤੋਂ ਬਾਅਦ ਸਾਡੇ ਘਰ ਆ ਜਾਇਓ ਸਾਰੀ ਡਰ ਦੀ ਡਰ ਅਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਤੁਹਾਨੂੰ ਰਿਅਲਾਈਜ਼ ਹੁੰਦੀਆਂ ਨੇ ਭਾਵੇਂ ਸਾਲ 'ਚ ਦੋ ਵਾਰੀ ਹੀ ਹੋਣ ਬਟ ਤੁਸੀਂ ਜ਼ਰੂਰ ਰਿਅਲਾਈਜ਼ ਕਰਦੇ ਹੋ ਕਿ ਅੱਜ ਤੋਂ 10 ਸਾਲ ਪਹਿਲੇ ਜਦੋਂ ਆਪਾਂ ਮੁਹੱਲਿਆਂ 'ਚ ਰਹਿ ਰਹੇ ਸੀ ਅਤੇ ਹੁਣ ਆਪਾਂ ਜਿੱਥੇ ਰਹਿ ਰਹੇ ਹਾਂ ਉਹ 'ਚ ਕੀ ਫਰਕ ਹੈ ਤੁਸੀਂ ਦੱਸ ਰਹੇ ਸੀ ਨਾ ਕਿ ਆਪਾਂ ਚਾਬੀ ਏਦਾਂ ਇੱਕ ਦਿਨ ਹੋਇਆ ਕਿ ਕਾਫੀ ਪੁਰਾਣੀ ਮੈਨੂੰ ਗੱਲ ਯਾਦ ਹੈ ਮੈਨੂੰ ਆਪਣੀ ਮੰਮੀ ਦੀ ਗੱਲ ਨੀ ਭੁੱਲਦੀ ਉਹ ਵਾਲੀ ਮੈਂ ਘਰੇ ਕਦੀ ਕਰੇਲੇ ਨੀ ਖਾਂਦਾ ਹੁੰਦਾ ਸੀ ਨਾ ਕੋਈ ਨੀ ਖਾਂਦਾ ਹੁੰਦਾ ਛੋਟੇ ਦੇ ਕਰੇਲੇ ਉਹ ਆਂਟੀ ਦੇ ਘਰੇ ਨਾ ਮੰਮੀ ਚਾਬੀ ਫੜਾ ਗਏ ਉਹਨਾਂ ਦੇ ਕਹਿੰਦੇ ਪੁੱਤਰ ਆ ਜਾ ਉਹਨਾਂ ਖਾ ਲਈ ਰੋਟੀ ਖਾ ਲਈ ਨਾ ਕਰੇਲੇ ਬਣਾਏ ਉੱਥੇ ਹੁਣ ਮੈਂ ਮਨਾ ਵੀ ਨਹੀਂ ਕਰ ਸਕਦਾ ਨਾ ਕੋਈ ਡਰਾਮੇ ਕਰ ਸਕਦਾ ਮੈਂ ਨਹੀਂ ਖਾਣੇ ਮੈਂ ਕਰੇਲੇ ਤੋੜ ਤੋੜ ਕੇ ਪਹਿਲੀ ਵਾਰ ਖਾਦੇ ਮੈਂ ਘਰੇ ਆ ਕੇ ਖੁਸ਼ ਹੋ ਜੀ ਮੰਮੀ ਨੂੰ ਜਦ ਮੰਮੀ ਅੱਜ ਦੱਸਿਆ ਮੈਂ ਕਿਹਾ ਮੈਂ ਨਾ ਅੱਜ ਕਰੇਲਿਆਂ ਦੀ ਸਬਜ਼ੀ ਖਾਂਦੇ ਸੀ ਕਹਿੰਦੇ ਆਹੋ ਲੋਕਾਂ ਦੇ ਘਰੇ ਤੂੰ ਗੂੰਹ ਵੀ ਖਾ ਲੇਗਾ ਆਪਣਾ ਆਪਣਾ ਆਪਣੇ ਘਰੇ ਤੁਹਾਨੂੰ ਆ ਸਹੀ ਗੱਲ ਹੈ ਸਹੀ ਗੱਲ ਹੈ ਸੀਰੀਅਸਲੀ ਮੈਂ ਨਾ ਉਹ ਯਾਰ ਮੈਂ ਕਿਹਾ ਕਿੱਥੇ ਜਾਵਾਂ ਸਾਡੀ ਮਦਰਸ ਆ ਨਾ ਜਿਹੜੀਆਂ ਉਹ ਉਹਨਾਂ ਦੀ ਆਪਣੀ ਡਿਕਸ਼ਨਰੀ ਹੈ ਉਹਨਾਂ ਦੀ ਆਪਣੀ ਭਾਸ਼ਾ ਆ ਅਤੇ ਉਹ ਭਾਸ਼ਾ ਮੇਰੇ ਹਿਸਾਬ ਨਾਲ ਕੈਰੀ ਫਾਰਵਰਡ ਹੋਣੀ ਚਾਹੀਦੀ ਹੈ ਜੋ ਕਿ ਲੋਕ ਪਿੱਛੇ ਛੱਡ ਜਾਂਦੇ ਜਿਸ ਤਰ੍ਹਾਂ ਤੁਸੀਂ ਆਪਣੀ ਮੰਮੀ ਕਹੋ ਨਾ ਪੈਸੇ ਮੰਗ ਲਓ ਅਤੇ ਉਹ ਮੰਮੀ ਅੱਗੋਂ ਕਹੂਗੀ ਹਾਂ ਹਾਂ ਤੂੰ ਬਾਹਰ ਜਾਏਗਾ ਅਤੇ ਬਾਹਰ ਖੱਬੇ ਹੱਥ ਮੁੜੀ ਦਰਖਤ ਲਾਇਆ ਉੱਥੇ ਉੱਥੋਂ ਲਾ ਲਾ ਬੰਦਾ ਕਹਿੰਦਾ ਯਾਰ ਤੁਸੀਂ ਸਿੱਧੀ ਨਾ ਕਰ ਦਿਉ ਨਾ ਐਂਡ ਇੱਕ ਚੀਜ਼ ਹੋਰ ਦੇਖਿਓ ਤੁਸੀਂ ਪੇਰੈਂਟਸ ਦੀ ਹਮੇਸ਼ਾ ਹੀ ਹੁਣ ਵੀ ਹੈ ਪਤਾ ਨਹੀਂ ਹੁਣ ਹੈਗੀ ਕਿ ਨਹੀਂ ਹੈਗੀ ਕਿਉਂਕਿ ਹੁਣ ਅਸੀਂ ਘਰਦਿਆਂ ਤੋਂ ਪੈਸੇ ਨਹੀਂ ਮੰਗਦੇ ਘਰਦਿਆਂ ਕੋਲ ਜਿੰਨੇ ਤੁਸੀਂ ਪੈਸੇ ਮੰਗਣੇ ਆ ਨਾ ਉਹਨਾਂ ਨੇ ਉਹਦੇ ਅੱਧੇ ਦੇਣੇ ਹੁਣ ਉਹਨਾਂ ਨੂੰ ਲੱਗਦਾ ਕਿ ਬੱਚੇ ਨੇ 10 ਮੰਗੇ ਆ ਤੇ ਆਪਾਂ ਇਹਨੂੰ 5 ਦੇਵਾਂਗੇ ਤੂੰ ਇੰਨੇ ਕੀ ਕਰਨੇ ਆ ਉਹ 10 ਰੁਪਏ ਕੀ ਹੁੰਦੇ ਹਨਾ ਫਿਰ ਆਪਾਂ 5 ਲੈ ਕੇ ਆ ਜਾਂਦੇ ਹਾਂ ਬਟ ਘਰਦਿਆਂ ਨੂੰ ਨਹੀਂ ਪਤਾ ਕਿ ਸਾਨੂੰ ਚਾਹੀਦੇ 5 ਸੀ ਜੋ ਤੁਸੀਂ ਸੋਚਦੇ ਪਿਓ ਕਿ ਆਪਾਂ ਅੱਧੇ ਦੇਣੇ ਅਸੀਂ ਵੀ ਇਹੀ ਸੋਚ ਕੇ ਤੁਰੇ ਹਾਂ ਕਿ ਇਹਨਾਂ ਨੇ ਅੱਧੇ ਦੇਣੇ ਆ ਤੇ ਪਹਿਲੇ ਵੱਧ ਮੰਗ ਲਓ ਨਹੀਂ ਬਹੁਤ ਆਈ ਡੋਂਟ ਨੋ ਬਹੁਤ ਸਾਰੀਆਂ ਗੱਲਾਂ ਮੈਨੂੰ ਵੀ ਯਾਦ ਆ ਰਹੀਆਂ ਤੁਹਾਡੇ ਨਾਲ ਗੱਲ ਕਰਕੇ ਜਿਵੇਂ ਮੈਂ ਨਾ ਮੰਮੀ ਨੇ ਮੈਨੂੰ ਕਿਹਾ ਸੀ ਅਗਰ ਤੂੰ ਨਾ ਆਈ ਥਿੰਕ ਮੈਂ ਫਸਟ ਕਲਾਸ ਸੀ ਜਾਂ ਦੂਜੀ ਸੀ ਨਾ ਕਿ ਜੇ ਤੂੰ ਫਸਟ ਆਏਗਾ ਤੈਨੂੰ ਬਾਲ ਲੈ ਕੇ ਦਊਂਗੀ ਨਾ ਗੇਂਦ ਤੇ ਉਦੋਂ ਇੱਕ 2 ਰੁਪਏ ਵਾਲੀ ਆਉਂਦੀ ਹੁੰਦੀ ਸੀ ਇੱਕ 5 ਵਾਲੀ ਆਉਂਦੀ ਸੀ ਇੱਕ ਆਈ ਥਿੰਕ 8 ਵਾਲੀ ਹੁੰਦੀ ਸੀ ਖਰਬੂਜੇ ਵਾਲੀ ਜਿਹੜੀ ਬਾਲ ਬੈਟਰ ਹੁੰਦੀ ਸੀ ਤੇ ਮੈਂ ਕਿਹਾ ਮੈਂ ਉਹ ਲੈਣੀ 8 ਵਾਲੀ ਨਾ ਓਕੇ ਤੇ ਮੈਂ ਸੀਰੀਅਸਲੀ ਮੈਂ ਫਸਟ ਆ ਗਿਆ ਨਾ ਤੇ ਮੈਂ ਘਰੇ ਖੁਸ਼ ਹੋ ਜਾਂ ਮੈਂ ਕਿਹਾ ਹੁਣ 2 ਪੈਸੇ ਮੈਂ ਬਾਲ ਲੈ ਕੇ ਆਉਣੀ ਉਹਨਾਂ ਨੇ ਵੀ 5 ਰੁਪਏ ਦਿੱਤੇ ਕਿੰਨੀ ਉਹ ਵਾਲੀ ਨਹੀਂ ਮਿਲਣੀ ਆਹ ਲੈ ਜਾ ਨਹੀਂ ਕਰਦੇ ਤੇ ਆਲਵੇਜ਼ ਤੁਹਾਨੂੰ ਅਸਲ 'ਚ ਉਹ ਤੁਹਾਨੂੰ ਸਿਖਾਉਂਦੇ ਨੇ ਕੰਪਰੋਮਾਈਜ਼ ਕਰਨਾ ਕਿੱਦਾਂ ਤੇ ਮੈਂ ਪਿੰਡ ਦਾ ਜਿੱਦਾਂ ਆਪਾਂ ਮੁਹੱਲਿਆਂ ਲਈ ਮੈਂ ਗੱਲ ਕਰੀ ਜਾਂਦਾ ਸੀ ਨਾ ਚਲੋ ਮੈਂ ਮੈਲਬਰਨ ਦੇ ਰੇਡੀਓ ਸਟੇਸ਼ਨ ਤੇ ਆ ਕੇ ਕੀ ਗੱਲ ਕਰਨ ਲੱਗਾ ਜਿੱਦਾਂ ਨਾ ਪਤਾ ਨਹੀਂ ਤੁਸੀਂ ਕਦੀ ਸੋਚਿਆ ਹੈਗਾ ਕਿ ਨਹੀਂ ਸੋਚਿਆ ਅੱਛਾ ਅੱਜ ਕੱਲ੍ਹ ਦੇ ਜਵਾਕਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਝੁੰਗੇ ਦਾ ਹੀ ਨਹੀਂ ਪਤਾ ਹੋਣਾ ਹਨਾ ਜੇ ਦੁਕਾਨਦਾਰ ਤੋਂ ਸੌਦਾ ਲੈਣ ਜਾਣਾ ਤੇ ਉਹਨੂੰ ਕਹਿਣਾ ਅੰਕਲ ਜੀ ਝੁੰਗਾ ਦੇ ਦਿਓ ਉਹਨੇ ਇੱਕ ਟੋਫੀ ਦੇ ਦੇਣੀ ਜਾਂ ਥੋੜ੍ਹੀ ਜਿਹੀ ਖੰਡ ਦੇ ਦੇਣੀ ਤੇ ਟਾਂਕਾ ਜਿੱਦਾਂ ਮੰਮੀ ਨੇ ਕੋਈ ਲੈਣ ਭੇਜਿਆ ਦੇ ਵਿੱਚੋਂ ਥੋੜ੍ਹਾ ਸਮਾਨ ਘੱਟ ਲੈਣਾ ਤੇ ਟਾਂਕਾ ਲਾ ਕੇ ਏਦਾਂ ਮੇਰੀ ਮੰਮੀ ਨੇ ਮੈਨੂੰ ਖੰਡ ਲੈਣ ਤੇ ਥੋੜ੍ਹਾ ਮਤਲਬ ਰਾਸ਼ਨ ਦਾ ਸਮਾਨ ਲੈਣ ਭੇਜਿਆ ਹੋਏਗਾ ਤੇ ਮੈਂ ਟਾਂਕਾ ਲਾ ਲਿਆ ਵਿੱਚੋਂ ਓਕੇ ਮੈਂ ਉਹਨੂੰ ਕਿਹਾ ਵੀ ਇੰਨੀ ਖੰਡ ਘੱਟ ਤੋਲਦੇ ਇਹਦਾ ਕਰਦੇ ਤੇ ਹੁਣ ਸਬਰ ਤੇ ਹੈ ਨਹੀਂ ਕਿ ਪਹਿਲੇ ਸਾਰਾ ਸਕੈਮ ਕਲੀਅਰ ਕਰ ਲਈਏ ਆਪਾਂ ਫਿਰ ਖਰਚ ਲਈਏ ਤੇ ਮੈਂ ਉੱਥੇ ਟਾਂਕਾ ਲਾ ਕੇ ਉਸੇ ਦੁਕਾਨ ਤੇ ਪੈਸੇ ਵੀ ਖਰਚ ਲਏ ਬਾਕੀ ਮੰਮੀ ਨੂੰ ਤਾਂ ਸਾਰਾ ਪਤਾ ਹੁੰਦਾ ਮੰਮੀ ਨੇ ਚੈੱਕ ਕੀਤਾ ਕਿ ਕੰਮ ਹੈ ਵੀ ਮੰਮੀ ਕਹਿੰਦੀ ਬਾਕੀ ਸਾਰਾ ਕੁਛ ਰਹਿਣ ਦੇ ਇਹ ਖੰਡ ਵਾਪਸ ਕਰਿਆ ਅੱਛਾ ਇਹਦੇ ਗੱਲ ਹੀ ਨਹੀਂ ਹੋਈ ਇੱਦਾਂ ਦੀ ਫਿਰ ਮੈਂ ਗਲੀ ਦੇ ਮੋੜ ਤੇ ਗਿਆ ਮੈਂ ਮੋੜ ਤੇ 2 ਮਿੰਟ ਬੈਠਾ ਰਿਹਾ ਮੈਂ ਕਿਹਾ ਯਾਰ ਇਹ ਤੇ ਫੜੇ ਗਏ ਅੱਜ ਤੇ ਕੰਮ ਖਰਾਬ ਹੋ ਗਿਆ ਮੈਨੂੰ ਪੈਸੇ ਨਹੀਂ ਖਰਚਣੇ ਅੱਛਾ ਮੇਰੇ ਮਨ 'ਚ ਇਹ ਨਹੀਂ ਆ ਰਿਹਾ ਕਿ ਮੈਨੂੰ ਟਾਂਕਾ ਨਹੀਂ ਲੈਣਾ ਚਾਹੀਦਾ ਮੈਨੂੰ ਮੇਰੇ ਮਨ 'ਚ ਇਹ ਆ ਰਿਹਾ ਕਿ ਅਗਰ ਟਾਂਕਾ ਲੱਗ ਵੀ ਗਿਆ ਤਾਂ ਪੈਸੇ ਬਾਅਦ 'ਚ ਖਰਚਣੇ ਚਾਹੀਦੇ
ਮੈਂ ਨਾ ਅੱਧੀ ਗਲੀ ਚ ਗਿਵ ਅਪ ਕਰ ਗਿਆ। ਮੈਂ ਕਿਹਾ ਮੰਮੀ ਮੈਂ ਟਾਂਕਾ ਲਾਇਆ। ਕਹਿੰਦੀ ਭਲਾ ਮੈਨੂੰ ਪਤਾ ਨੀ ਤੂੰ ਟਾਂਕਾ ਲਾਇਆ, ਮੈਂ ਤਾਂ ਖੰਡ ਚਾਹੀਦੀ, ਮੈਂ ਤਾਂ ਵੈਸੇ ਕਹੀ ਜਾਂਦੀ। ਫਿਰ ਮੈਂ ਪਲਾਨ ਚੇਂਜ ਕਰ ਲਿਆ ਕਿ ਟਾਂਕਾ ਲਾਓ, ਪੈਸਾ ਕਮਾਓ, ਬਟ ਇੱਕ ਡੇਢ ਘੰਟੇ ਬਾਅਦ ਖਰਚੋ ਜਦੋਂ ਤੁਹਾਨੂੰ ਲੱਗੇ ਕਿ ਹੁਣ ਪਲਾਨ ਸਕਸੈਸਫੁਲ ਹੋ ਗਿਆ ਤੁਹਾਡਾ। ਮਤਲਬ ਬਚਪਨ ਤੋਂ ਹੀ ਬਿਜ਼ਨਸਮੈਨ ਵਾਲੇ ਤਰੀਕੇ ਅਪਣਾਉਂਦੇ ਸੀ? ਬਿਲਕੁਲ ਬਿਲਕੁਲ ਜੀ, ਹਾਂ ਸਹੀ ਗੱਲ ਹੈ, ਬਿਜ਼ਨਸਮੈਨ ਕਹਿ ਸਕਦੇ ਤੁਸੀਂ। ਹਾਂ ਪਰ ਨਹੀਂ, ਬਿਜ਼ਨਸਮੈਨ ਟਾਂਕੇ ਲਾਉਂਦੇ ਨੇ। ਹਾਂ ਬਿਲਕੁਲ ਲਾਉਂਦੇ ਲਾਉਂਦੇ ਉਹ ਤੇ। ਹੁਣ ਇਹ ਚ ਪਤਾ ਨੀ ਕਿ ਮੈਂ ਅਸਲੀ ਬਿਜ਼ਨਸਮੈਨ ਹਾਂ ਕਿ ਮੇਰੀ ਮਾਤਾ ਬਿਜ਼ਨਸਮੈਨ ਹੈ, ਇਹ ਨਹੀਂ ਮੈਨੂੰ ਪਤਾ। ਤਾਂ ਤੁਸੀਂ ਅਕਸਰ ਕਰਦੇ ਰਹਿੰਦੇ ਹੋ ਨਾ, ਜਿਵੇਂ ਆਪਾਂ ਕਰ ਰਹੇ ਹਾਂ ਕਿ ਘਰਾਂ ਦੇ ਵਿੱਚੋਂ ਹੀ ਨਾ ਸਟੋਰੀਜ਼ ਨਿਕਲਦੀਆਂ ਨੇ। ਟਰੂ। ਸੋ ਨਾਲ ਤੁਸੀਂ ਟ੍ਰੇਨ 'ਚ ਬਹੁਤ ਸਫ਼ਰ ਕਰਦੇ ਹੋ। ਜੀ ਜੀ। ਤੇ ਇੱਥੇ ਆ ਕੇ ਮੈਲਬਰਨ ਦੀਆਂ ਟ੍ਰੇਨਸ ਟ੍ਰੈਮਸ 'ਚ ਬੈਠੇ ਹੋ? ਹਾਂ ਮੈਂ ਬੈਠਾ ਬੈਠਾ। ਮੈਂ ਤਾਂ ਕਾਰਡ, ਜਿੱਦਾਂ ਤੁਹਾਨੂੰ ਪਤਾ ਕਿ ਮੈਂ 3-4 ਵਾਰੀ ਆ ਚੁੱਕਾ ਪਹਿਲੇ, ਕਾਰਡ ਕੂਡ ਜਿਵੇਂ ਬਣਾ ਕੇ ਰੱਖੇ ਆ ਟ੍ਰੈਮ ਦੇ, ਮਾਈਕੀ ਮਾਈਕੀ ਤੇ ਤੁਹਾਡਾ ਸਿਡਨੀ 'ਚ ਕੋਈ ਹੋਰ ਹੈ, ਉਪਲ। ਹਾਂ ਉਪਲ, ਉਹ ਦੋਨੋਂ ਕਾਰਡ ਬਣੇ ਪਏ ਆ। ਮੈਨੂੰ ਵਧੀਆ ਲੱਗਦਾ ਇੱਥੇ ਟਰੈਵਲ ਕਰਨਾ ਟ੍ਰੇਨ 'ਚ, ਅਤੇ ਇੱਥੋਂ ਦੇ ਲੋਕਾਂ ਦਾ ਜੀਵਨ ਸ਼ੈਲੀ ਜਿਹਨੂੰ ਆਪਾਂ ਕਹਿ ਲੈਂਦੇ ਕਿ ਉਹਨਾਂ ਦਾ ਜੀਵਨ ਦਾ ਤਰੀਕਾ ਕਿਵੇਂ ਦਾ ਹੈ, ਪੇਸ਼ੈਂਸ ਨੇ ਉਹਨਾਂ ਦੇ ਅੰਦਰ। ਇੱਥੇ ਲੋਕ ਹੌਰਨ ਨਹੀਂ ਮਾਰ ਰਹੇ, ਹੈ ਨਾ, ਕਿ ਅਗਰ ਕੋਈ ਹੌਰਨ ਮਾਰ ਵੀ ਰਿਹਾ ਜਾਂ ਪਿੱਛੇ ਤੁਹਾਡੇ ਕੋਈ ਹੈ ਤਾਂ ਉਹ ਰਿਸਪੈਕਟ ਨਾਲ ਉਹਨੂੰ ਜਗ੍ਹਾ ਦਿੰਦੇ ਕਿ ਤੂੰ ਅੱਗੇ ਲੰਘ ਜਾ ਜਿੱਦਾਂ ਤੈਨੂੰ। ਇੰਡੀਆ 'ਚ ਇਸ ਤਰ੍ਹਾਂ ਨਹੀਂ ਹੈ। ਸ਼ਾਇਦ ਤੁਸੀਂ ਜਦੋਂ ਆਉਂਦੇ ਹੋ ਇੰਡੀਆ 'ਤੇ, ਪਲੀਜ਼ ਇੰਡੀਆ ਦੇ ਲੋਕਾਂ ਨੂੰ ਦੱਸਿਆ ਕਰੋ ਕਿ ਟ੍ਰੈਫਿਕ ਕਿੱਦਾਂ ਚੱਲਦੀ ਹੈ। ਨਹੀਂ ਅਸੀਂ ਇੱਥੇ ਵੀ ਫਰਸਟ੍ਰੇਟ ਬਹੁਤ ਹੁੰਦੇ ਹਾਂ ਨਾ, ਹਰ ਕੋਈ ਹੁੰਦਾ ਗੱਡੀ ਚਲਾਉਂਦੇ ਚਲਾਉਂਦੇ ਨਾ ਗੱਡੀ। ਆਈ ਥਿੰਕ ਕਿ ਜੇ ਤੁਸੀਂ ਜਿਵੇਂ ਤੁਸੀਂ ਦੱਸਿਆ ਨਾ ਇੱਥੇ ਗਾਲਾਂ ਨਹੀਂ ਕੱਢਦੇ, ਚਾਹੇ ਤੁਸੀਂ ਗਾਲਾਂ ਨਹੀਂ ਕੱਢਦੇ ਹੌਰਨ ਨਹੀਂ ਮਾਰਦੇ, ਲੇਕਿਨ ਅੰਦਰ ਅੰਦਰ ਤੁਸੀਂ ਕੱਢ ਦਿੰਦੇ ਹੋ। ਬਟ ਇੱਥੇ ਲੋਕ ਗਲਤੀਆਂ ਵੀ ਘੱਟ ਕਰ ਰਹੇ ਆ। ਤੁਸੀਂ ਇੰਡੀਆ ਦੇਖੋ ਨਾ, ਜੇਕਰ ਮੈਂ ਐਸੇ ਰੋਡ ਦੀ ਗੱਲ ਕਰਾਂ ਤਾਂ ਮੈਨੂੰ ਕਿਸੇ ਰੋਡ ਦੀ ਕੋਈ ਰੋਡ ਸਾਈਡ ਰੇਹੜੀ ਨਹੀਂ ਦਿਖੀ। ਇੰਡੀਆ ਦੀ ਰੇਹੜੀ ਲੱਗੀ ਹੈ ਅਤੇ ਸਾਨੂੰ ਰੇਹੜੀ ਲੰਘਣ ਤੋਂ ਬਾਅਦ 'ਚ ਆ ਜਾਂਦਾ ਉਹ ਨਾਰੀਅਲ ਪਾਣੀ ਪੀਣਾ ਹੀ, ਅਸੀਂ ਉੱਥੇ ਬ੍ਰੇਕ ਲਾ ਲੈਂਦੇ ਹਾਂ, ਹੈ ਨਾ। ਫਿਰ ਬੰਦਾ ਉੱਥੇ ਕਹਿੰਦਾ ਵੀ ਹੁਣ ਉਹ ਐਕਸੀਡੈਂਟ ਹੋ ਗਿਆ, ਹੁਣ ਐਕਸੀਡੈਂਟ ਵੇਖਦੇ ਵੇਖਦੇ ਨਾਰੀਅਲ ਪਾਣੀ ਪੀਂਦੇ ਨਾਲ ਨਾਲ। ਅਤੇ ਰੋਡ ਸਾਈਡ ਰੇਹੜੀਆਂ ਨਹੀਂ ਹੈ, ਪਲਾਨ ਬਹੁਤ ਵਧੀਆ ਕੀਤਾ ਹੋਇਆ ਸਾਰਾ, ਆਪਣੀ ਆਪਣੀ ਲੇਨ 'ਚ ਚੱਲ ਰਹੇ ਆ ਲੋਕ। ਬਾਕੀ ਹੋ ਜਾਏਗਾ ਇੰਡੀਆ 'ਚ ਵੀ, ਬਟ ਸਾਡੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈ ਜਿਹਦੇ ਕਰਕੇ ਸ਼ਾਇਦ ਨਹੀਂ ਹੋ ਪਾ ਰਿਹਾ। ਹੁਣ ਘਰ ਘਰ ਗੱਡੀਆਂ ਵੀ ਹੋ ਗਈਆਂ ਨੇ, ਤਾਂ ਤੁਸੀਂ ਪਹਿਲੇ ਹੀ ਪਲੈਨ ਸਿਟੀ ਬਣਾ ਰੱਖੀ ਆਈ ਥਿੰਕ, ਪਹਿਲੇ 100-150 ਸਾਲ ਤੁਹਾਡੇ ਪਲੈਨ ਨੇ ਪਹਿਲੇ, ਹੈ ਨਾ। ਆਪਣੇ ਤਾਂ ਅਚਾਨਕ ਹੀ ਸਭ ਕੁਛ ਹੋ ਰਿਹਾ ਨਾ, ਅਸੀਂ ਅਚਾਨਕ ਇੰਨੇ ਜ਼ਿਆਦਾ ਹੋ ਗਏ ਤਾਂ ਕਰਕੇ। ਬਟ ਤੁਸੀਂ ਜਦੋਂ ਵੀ ਇੰਡੀਆ ਆਓ, ਆਪਣੇ ਚਾਹੇ 2 ਜਣਿਆਂ ਨੂੰ ਚਾਹੇ 5 ਜਣਿਆਂ ਨੂੰ ਜ਼ਰੂਰ ਸਿਖਾ ਕੇ ਜਾਓ ਕਿ ਟ੍ਰੈਫਿਕ ਚੱਲਦੀ ਕਿੱਦਾਂ। ਨਹੀਂ ਡੈਫੀਨੇਟਲੀ ਡੈਫੀਨੇਟਲੀ। ਮੈਨੂੰ ਵੀ ਇੱਕ ਇੰਟਰਵਿਊ 'ਚ ਤੁਸੀਂ ਦੱਸ ਰਹੇ ਸੀ ਨਾ ਕਿ ਇੱਕ ਕੁੜੀ ਚਲਾ ਰਹੀ ਸੀ ਰੋਂਗ ਸਾਈਡ ਤੇ, ਸਿੱਖ ਰਹੀ ਸੀ ਨਾ ਗੱਡੀ। ਹਾਂ ਹਾਂ, ਉਹ ਤੇ ਮੇਰਾ ਚਲੋ ਜੋਕਸ ਦਾ ਪਾਰਟ ਆ, ਇਟਸ ਨਾਟ ਅ ਰੀਅਲ ਸਟੋਰੀ। ਤੇ ਉਹ ਹਾਂ, ਇੰਡੀਆ ਦੇ ਵਿੱਚ ਹੈ ਟ੍ਰੈਫਿਕ ਸਕੂਲ, ਜਿਹੜੇ ਉਹ ਆ ਡਰਾਈਵਿੰਗ ਸਕੂਲ। ਹਾਂ ਹਾਂ, ਉਹਨਾਂ ਦੀ ਕਾਰ, ਮੈਂ ਕਹਿੰਦਾ ਅਗਰ ਤੁਸੀਂ ਉਹ ਸਿੱਖ ਲਈਏ, ਤੁਸੀਂ ਉਹ ਘੜੁੱਕਾ ਸਿਖਾਉਂਦੇ ਤੁਹਾਨੂੰ ਪਹਿਲੇ, ਹੈ ਨਾ, ਜਿੱਦਾਂ ਦੀ ਉਹਨਾਂ ਦੀ ਕਾਰ। ਮੈਂ ਗਿਆ ਸੀ ਹਫ਼ਤਾ ਸਿੱਖਣ ਉਹੀ ਗੱਡੀ 'ਚ, ਉਹ ਹਫ਼ਤਾ। ਹਾਂ, ਮੈਂ ਤਾਂ ਹਜੇ ਵੀ ਆਡੀਅੰਸ ਨੂੰ ਅਗਰ ਪੁੱਛਾਂ ਤਾਂ ਕਾਫ਼ੀ ਲੋਕ ਨੇ ਜੋ ਉਹਨਾਂ ਕੋਲ ਸਿੱਖਦੇ ਨੇ, ਅਤੇ ਉਹ ਮੇਰੇ ਹਿਸਾਬ ਨਾਲ ਤੁਹਾਨੂੰ ਕੌਨਫੀਡੈਂਸ ਹੀ ਦਿੰਦੇ, ਹੋਰ ਤਾਂ ਉਹਨਾਂ ਦੇ ਪੱਲੇ ਆਪ ਵੀ ਹੈ ਨਹੀਂ ਕੁਛ ਵੀ। ਕਾਰ ਉਹਨਾਂ ਦੀ ਪਤਾ ਖਿਲ, ਪਤਾ ਨਹੀਂ ਕਦੋਂ ਖਿਲਰ ਜਾਣੀ ਹੈ, ਏਸੀ ਉਹਨਾਂ ਦੇ ਚੱਲਦੇ ਨਹੀਂ ਹੈ, ਅਤੇ ਲੈ ਦੇ ਕੇ ਬਸ ਕੌਨਫੀਡੈਂਸ ਆਈ ਹੈ। ਜਿੱਦਾਂ ਉਹ, ਮੈਂ ਉਹਦੇ ਵਿੱਚ ਦੱਸਿਆ ਕਿ ਉਹ ਮੈਨੂੰ ਕਹਿੰਦਾ ਕਿ ਜਦੋਂ ਤੁਸੀਂ ਨਵੀਂ ਨਵੀਂ ਗੱਡੀ ਚਲਾਉਂਦੇ ਨਾ, ਤੁਸੀਂ ਡਰ ਕੇ ਚਲਾਉਂਦੇ ਜਾਂ ਲੈਫਟ 'ਤੇ ਚਲਾਓਗੇ ਜਾਂ ਰਾਈਟ 'ਤੇ, ਸਾਹਮਣੇ ਗੱਡੀਆਂ ਆ ਰਹੀਆਂ, ਇੱਧਰੋਂ ਗੱਡੀਆਂ ਜਾ ਰਹੀਆਂ, ਕਹਿੰਦਾ ਵਿਚਕਾਰ ਚਲਾਓ, ਡਟ ਕੇ ਚਲਾਓ, ਅਗਲੇ ਵਾਲਾ ਬੰਦਾ ਨਾ ਆਪ ਤੁਹਾਨੂੰ ਰਾਹ ਦੇਗਾ। ਤੇ ਮੈਂ ਕਿਹਾ ਜੀ ਉਹਨੇ ਵੀ ਤੇਰੇ ਕੋਲ ਸਿੱਖੀ ਹੋਈ ਤੇ ਫਿਰ ਉਹ ਲੈ ਦੇ ਗਏ। ਉਹੀ ਹੈ ਕਿ ਤੁਹਾਨੂੰ ਕੌਨਫੀਡੈਂਸ ਹੀ ਦਿੰਦੇ ਆ, ਹੋਰ ਤੇ ਬਸ ਏਦਾਂ ਹੀ ਆ। ਨਹੀਂ, ਕੌਨਫੀਡੈਂਸ ਦੇ ਨਾਲ ਹੀ ਨਾਲੇ ਬੰਦਾ ਫਿਰ ਅੱਗੇ ਵੱਧਦਾ ਜਾਂਦਾ। ਬਿਲਕੁਲ ਬਿਲਕੁਲ ਬਿਲਕੁਲ। ਸੋ ਬਿਲਕੁਲ ਜੀ, ਕੌਨਫੀਡੈਂਸ ਦੇ ਨਾਲ ਮਨਪ੍ਰੀਤ ਭਾਅ ਜੀ ਇੱਥੇ ਤੱਕ ਪਹੁੰਚੇ ਨੇ। ਸੋ ਜਿਹੜੇ ਪਹਿਲੀ ਵਾਰ ਸੁਣ ਰਹੇ ਨੇ ਜਾਂ ਦੇਖ ਰਹੇ ਨੇ, ਬਹੁਤ ਸਾਰੇ ਤੁਹਾਨੂੰ ਲੱਗਦਾ ਹੋਵੇਗਾ ਕਿ ਬਹੁਤ ਸਾਰੇ ਲੋਕਾਂ ਨੂੰ ਅਜੇ ਵੀ ਜਾਣਨਾ ਹੈ ਲੋਕਾਂ ਨੂੰ ਤੁਹਾਨੂੰ। ਜੀ ਜੀ ਬਿਲਕੁਲ, ਇੱਦਾਂ ਇਹ ਤਾਂ ਕਦੇ ਨਹੀਂ ਖਤਮ ਹੋਣ ਵਾਲੀ ਗੇਮ, ਹੈ ਨਾ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਤੁਸੀਂ ਦੱਸਿਆ ਨਾ ਕਿ ਆਰਟਿਸਟ ਆਪਣੇ ਆਪ ਨੂੰ ਦੱਸਦਾ ਨਹੀਂ ਹੈ ਕਿੱਥੇ ਰਹਿ ਰਿਹਾ ਕੀ ਕਰ ਰਿਹਾ, ਅਤੇ ਮੈਂ ਉਹੀ ਦੱਸ ਰਿਹਾ ਕਿ ਹਜੇ ਆਪਾਂ ਉਸ ਲੈਵਲ ਤੱਕ ਪਹੁੰਚੇ ਹੀ ਨਹੀਂ ਹੈ ਕਿ ਜਿੱਥੇ ਆਪਣੇ ਆਪ ਨੂੰ ਛੁਪਾਉਣਾ ਪੈ ਜਾਵੇ। ਪਰ ਕੀ ਫਾਇਦਾ ਇਹੋ ਜਿਹੇ ਲੈਵਲ ਤੱਕ ਪਹੁੰਚਣ ਦਾ? ਜਸਪ੍ਰੀਤ ਭਾਈ ਨੇ ਬੜੀ ਵਧੀਆ ਲਾਈਨ ਲਿਖੀ ਸੀ ਜਿਹੜੇ ਕਮੇਡੀਅਨ ਆ, ਹਾਂਜੀ ਹਾਂਜੀ, ਕਿ ਰੱਬਾ ਕਿ ਇੰਨਾ ਵੀ ਫੇਮਸ ਨਾ ਕਰੀ ਕਿ ਰਾਤ ਨੂੰ ਵੀ ਕਾਲੀਆਂ ਅਣਕਾਂ ਲਾ ਕੇ ਘੁੰਮਣਾ ਪਵੇ। ਬਸ ਉਹੀ ਚੀਜ਼ ਹੈ ਕਿ ਹਿਸਾਬ ਤਾਬ ਜਿਹਾ ਰਹੇ, ਅਤੇ ਇਹ ਦੌੜ ਕਦੀ ਨਹੀਂ ਖਤਮ ਹੋ ਸਕਦੀ ਕਿ ਤੁਹਾਨੂੰ ਸਾਰੇ ਨੇ ਜਾਣ ਲਿਆ। ਇੱਦਾਂ ਤਾਂ ਕੋਈ ਵੀ ਨਹੀਂ ਹੈ ਭਾਈ, ਇੱਦਾਂ ਦਾ ਦੁਨੀਆ ਦੇ ਵਿੱਚ ਕੋਈ ਸ਼ਖਸ ਨਹੀਂ। ਐਸ ਆਰ ਕੇਵਿਨ ਨੂੰ ਵੀ ਸਾਰੇ ਨਹੀਂ ਜਾਣਦੇ, ਤੁਸੀਂ ਕਿਹਦਾ ਨਾਂ ਲਿਆ ਸੀਰੀਅਸਲੀ? ਸ਼ਾਹਰੁਖ, ਸ਼ਾਹਰੁਖ ਖਾਨ, ਐਸ ਆਰ ਕੇ, ਐਸ ਆਰ ਕੇ। ਓਕੇ ਬ੍ਰੋ, ਮੈਂ ਭੁੱਲ ਗਿਆ ਸੀ, ਮੈਂ ਮੈਲਬਰਨ ਦਾ। ਓਕੇ, ਨਾਓ ਵੀ ਗੋਇੰਗ ਟੂ ਟਾਕ ਇਨ ਇੰਗਲਿਸ਼, ਓਕੇ? ਯਾ, ਓਕੇ, ਆਜ਼ੀ, ਚਾਪਿੰਗ ਚਲੀਏ, ਪਾਰਨ, ਚਾਪਿੰਗ ਚਲੀਏ। ਬਸ ਚੱਲਿਆ। ਸੋ ਵੈਸੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ, ਜਿਹਨੂੰ ਨਹੀਂ ਪਤਾ ਦੱਸਦੀ ਹੈ ਕਿ ਮਨਪ੍ਰੀਤ ਭਾਅ ਜੀ ਓਬਵੀਅਸਲੀ ਡਾਊਨ ਟੂ ਅਰਥ ਪਰਸਨੈਲਿਟੀ ਨੇ, ਦੱਸਦੇ ਰਹਿੰਦੇ ਨੇ ਕਿ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਨੇ ਨਾ, ਡੋਮ
KFC ਤੁਸੀਂ ਵੀ ਹੁਣ ਜਿੱਦਾਂ ਤੁਸੀਂ ਇੱਥੇ ਤੁਹਾਨੂੰ ਤਾਂ ਪਤਾ ਮਲਟੀਨੈਸ਼ਨਲ ਕੰਪਨੀਜ਼ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਉਹਨਾਂ ਦਾ ਭਾਜੀ ਬੈਕਐਂਡ ਸਟਰਕਚਰ ਬਹੁਤ ਸਟਰੋਂਗ ਆ ਉਹ ਹਰ ਚੀਜ਼ ਨੂੰ ਪਹਿਲੇ ਐਨਾਲਾਈਜ਼ ਕਰ ਲੈਂਦੇ ਹਰ ਚੀਜ਼ ਨੂੰ ਪਹਿਲੇ ਸਿਖਾ ਦਿੰਦੇ ਜੋ ਕਿ ਆਪਾਂ ਇੰਡੀਆ ਦੇ ਵਿੱਚ ਨਹੀਂ ਕਰਦੇ ਇਹ ਨੋਰਮਲ ਮੈਂ ਤੁਹਾਨੂੰ ਘਰ ਦੀਆਂ ਗੱਲਾਂ ਦੱਸਣ ਲੱਗਾ ਇੱਕ ਬੜੀ ਵਧੀਆ ਗੱਲ ਆ ਮੈਂ ਕਈ ਵਾਰੀ ਡਿਸਕਸ ਵੀ ਕਰਦਾ ਹੁੰਦਾ ਕਿ ਜਦੋਂ ਤੁਸੀਂ ਅੱਛੀ ਕੰਪਨੀ 'ਚ ਕੰਮ ਕਰਦੇ ਹੋ ਨਾ ਉਹ ਤੁਹਾਨੂੰ ਦੱਸਦੇ ਨੇ ਕਿ ਅੱਗ ਬੁਝਾਉਣ ਵਾਲੇ ਸਿਲੰਡਰ ਕਿੱਥੇ ਕਿੱਥੇ ਪਏ ਆ ਹੈ ਨਾ ਕਿ ਅਗਰ ਇਨ ਕੇਸ ਅੱਗ ਲੱਗੇ ਤਾਂ ਕਿੱਥੇ ਕਿੱਥੇ ਕਿਹੜੀ ਚੀਜ਼ ਪਈ ਹੈ ਆਪਾਂ ਕਿੱਥੇ ਇਕੱਠੇ ਹੋਣਾ ਸਾਰਿਆਂ ਨੇ ਜੋ ਕਿ ਸਾਨੂੰ ਮੈਨੂੰ ਲੱਗਦਾ ਕਿ ਸਾਨੂੰ ਇਹ ਨੋਰਮਲ ਘਰਾਂ ਦੇ ਵਿੱਚ ਵੀ ਇਹ ਚੀਜ਼ਾਂ ਅਡੋਪਟ ਕਰਨੀਆਂ ਚਾਹੀਦੀਆਂ ਨੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਇਨ ਕੇਸ ਸ਼ਾਰਟ ਸਰਕਟ ਹੋਵੇ ਤੁਸੀਂ ਕੀ ਕਰਨਾ ਜਿੱਦਾਂ ਮੰਨ ਲਓ ਮੈਂ ਕੱਪੜੇ ਪ੍ਰੈਸ ਕਰਨ ਡਿਆ ਤਾਂ ਮੈਨੂੰ ਕਰੰਟ ਪੈ ਗਿਆ ਤੇ ਸਾਡੇ ਬੱਚਿਆਂ ਨੂੰ ਨਹੀਂ ਪਤਾ ਕੀ ਕਰਨਾ ਚਾਹੀਦਾ ਉਸ ਟਾਈਮ ਤੇ ਕਿ ਜੱਫੀ ਪਾ ਲੈਣੀ ਹੈ ਜਾਂ ਫੜ ਕੇ ਖਿੱਚਣਾ ਜਾਂ ਕੀ ਕਰਨਾ ਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਵੱਡੀਆਂ ਕੰਪਨੀਆਂ ਦਾ ਨਾ ਬਹੁਤ ਅੱਛੇ ਤਰੀਕੇ ਨਾਲ ਸਿਖਾਉਂਦੀਆਂ ਜਿਹੜੀਆਂ ਜੋ ਕਿ ਤੁਹਾਨੂੰ ਜੌਬ ਛੱਡਣ ਤੋਂ ਬਾਅਦ 'ਚ ਵੀ ਬੜਾ ਜ਼ਿਆਦਾ ਯਾਦ ਰਹਿੰਦਾ ਕਿ ਹਾਂ ਇੱਕ ਵਾਰੀ ਕੰਪਨੀ ਨੇ ਆਹ ਸਿਖਾਇਆ ਸੀ ਤੇ ਇਹ ਤੁਹਾਡੀ ਰੋਜ਼ਮਰਰਾ ਦੀ ਜ਼ਿੰਦਗੀ 'ਚ ਵੀ ਚੀਜ਼ਾਂ ਕੰਮ ਆਉਂਦੀਆਂ ਹਾਂ ਨਹੀਂ ਫਸਟ ਏਡ ਕਿਵੇਂ ਦੇਣੀ ਹੈ ਨਾ CPR ਕਿਵੇਂ ਦੇਣੀ ਆ ਉਹ ਸਾਰਾ ਕੁਝ ਸਿਖਾਉਂਦੇ ਸਾਰਾ ਕੁਝ ਸਿਖਾਉਂਦੇ ਮੈਂ ਕਹਿ ਰਿਹਾ ਕਿ ਉਹ ਚੀਜ਼ਾਂ ਵੀ ਕਿ ਇਨ ਕੇਸ ਚੋਰ ਆ ਗਿਆ ਤੁਸੀਂ ਕੀ ਕਰਨਾ ਹੈ ਕਿਸੇ ਕਸਟਮਰ ਨੂੰ ਕੁਝ ਪ੍ਰੋਬਲਮ ਆ ਗਈ ਉਹਨੇ ਕੁਝ ਗਲਤ ਖਾ ਲਿਆ ਤੁਸੀਂ ਕੀ ਕਰਨਾ ਹੈ ਤੇ ਇਹ ਚੀਜ਼ਾਂ ਨਾ ਕੰਪਨੀ ਹਾਲਾਂਕਿ ਮੇਰੇ ਮੈਂ ਘੱਟੋ ਘੱਟ ਨਹੀਂ 10 ਸਾਲ ਹਸਪਿਟੈਲਿਟੀ ਫੀਲਡ 'ਚ ਕੰਮ ਕੀਤਾ ਕਈ ਚੀਜ਼ਾਂ ਮੇਰੇ ਕੰਮ ਆਈਆਂ ਵੀ ਨਹੀਂ ਹੈ ਬਟ ਮੈਨੂੰ ਸਟਿਲ ਯਾਦ ਹੈ ਅੱਜ ਵੀ ਯਾਦ ਹੈ ਉਹ ਚੀਜ਼ਾਂ ਕਿ ਕਦੋਂ ਕੀ ਕਰਨਾ ਚਾਹੀਦਾ ਨਾਈਸ ਸੋ ਪੁਰਾਣੀਆਂ ਚੀਜ਼ਾਂ ਨੂੰ ਹੀ ਯਾਦ ਕਰੀਏ ਪੁਰਾਣੇ ਸ਼ੋਜ਼ ਟੀ ਵੀ ਸ਼ੋਜ਼ ਫਿਲਮਾਂ ਉਹ ਯਾਦ ਨੇ ਸਭ ਤੋਂ ਇੱਕ ਅਗਰ ਮੈਂ ਪੁੱਛਾਂ ਕਿ ਇਹਦੇ ਨਾਲ ਹੀ ਸਵਾਲ ਜੋੜਦਾ ਕਿ ਪੰਜਾਬੀ ਫੇਵਰੇਟ ਕਾਮੇਡੀਅਨ ਪੁਰਾਣਿਆਂ 'ਚੋਂ ਤਿੰਨ ਮੈਂ ਨਾਮ ਲਾਊਂਗਾ ਮਿਹਰ ਮਿੱਤਲ ਵਿਵੇਕ ਸ਼ੌਕ ਜੀ ਤੇ ਜਸਪਾਲ ਭੱਟੀ ਜੀ ਕੌਣ ਕਿਹਨੂੰ ਜ਼ਿਆਦਾ ਦੇਖਿਆ ਜੇ ਤੁਸੀਂ ਸਟਾਇਰ ਦੀ ਗੱਲ ਕਰੋ ਜਸਪਾਲ ਭੱਟੀ ਸਰ ਤੇ ਜੇ ਤੁਸੀਂ ਫਨੀ ਦੀ ਗੱਲ ਕਰੋ ਤੇ ਮਿਹਰ ਮਿੱਤਲ ਸਾਹਿਬ ਤੇ ਮਤਲਬ ਲੇਜੈਂਡ ਜਿਹਨੂੰ ਆਪਾਂ ਕਹਿ ਦੇ ਬਟ ਜੇ ਆਪਾਂ ਗੱਲ ਕਰੀਏ ਜਸਪਾਲ ਸਰ ਦੀ ਜਸਪਾਲ ਸਰ ਨੇ ਜੋ ਆਪਣੇ ਉਸ ਟਾਈਮ ਤੇ ਲਿਖਤਾ ਨਾ ਉਹ ਅੱਜ ਦਾ ਕੋਈ ਕਮੇਡੀਅਨ ਨਹੀਂ ਲਿਖ ਸਕਦਾ ਸਟਾਇਰ ਦੇ ਵਿੱਚ ਨੰਬਰ 1 ਦੇ ਉਹਨਾਂ ਦੇ ਘਰੇ ਗਿਆ ਸੀਗਾ ਤੇ ਉਹਨਾਂ ਨੂੰ ਰਾਸ਼ਟਰਪਤੀ ਵੱਲੋਂ ਅਵਾਰਡ ਮਿਲਿਆ ਹੈ ਮਤਲਬ ਇਹ ਤਾਂ ਬਹੁਤ ਵੱਡੀ ਗੱਲ ਹੈ ਕਿ ਕਮੇਡੀਅਨ ਨੂੰ ਰਾਸ਼ਟਰਪਤੀ ਨੇ ਅਵਾਰਡ ਦਿੱਤਾ ਜਦਕਿ ਕਮੇਡੀਅਨ ਨੂੰ ਲੋਕੀ ਸਿਰਫ ਇਹੀ ਸਮਝਦੇ ਕਿ ਯਾਰ ਚੁਟਕਲੇ ਸੁਣਾਉਣੇ ਹੱਸ ਕੇ ਤੁਰ ਜਾਣਾ ਬਟ ਉਹਨਾਂ ਦੀ ਕਾਮੇਡੀ 'ਚ ਵੀ ਜਾਣ ਹੁੰਦੀ ਇਨਫੈਕਟ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਵੀ ਮੈਂ ਬਹੁਤ ਸੁਣਦਾ ਨੇ ਆਪਣੇ ਉਹਨਾਂ ਦੇ ਸਟਾਇਰ ਵੀ ਕਾਫੀ ਵਧੀਆ ਨੇ ਉਹਨਾਂ ਦਾ ਇੱਕ ਸਟਾਇਰ ਮੈਂ ਔਰ ਆਲਵੇਜ਼ ਯਾਦ ਰੱਖਦਾ ਕਿ ਬੜੀ ਨੋਰਮਲ ਜਿਹੀ ਚੀਜ਼ ਹੈ ਕੋਟਕਪੂਰੇ ਦਾ ਫਾਟਕ ਸਰਕਾਰ ਦੇ ਕੰਨ ਤੇ ਗਰੀਬ ਦੀ ਕਿਸਮਤ ਕਦੇ ਕਦੇ ਖੁੱਲਦੀ ਮਤਲਬ ਇੱਕ ਲਾਈਨ 'ਚ ਸਾਰਾ ਕੁਝ ਖਤਮ ਕਰਨਾ ਇਹ ਜਿਹੜੇ ਸਾਡੇ ਸੀਨੀਅਰ ਨੇ ਉਹੀ ਆ ਅੱਜ ਕੱਲ੍ਹ ਏਦਾਂ ਦੀਆਂ ਲਾਈਨਾਂ ਲਿਖਣੀਆਂ ਬਹੁਤ ਔਖੀਆਂ ਨੇ